ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਅਤੇ ਤੁਸੀਂ ਦੇਖਦੇ ਪਿਓ ਜੀ ਮੇਰੇ ਨਾਲ ਡੀ ਪੀ ਸੀ ਪੰਜਾਬੀ ਅਤੇ ਡੀ ਪੀ ਸੀ ਪੰਜਾਬੀ ਦੇ ਉੱਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਦੋਸਤੋ। ਅੱਜ ਜਿਹੜਾ ਆ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਅਤੇ ਬਹੁਤ ਸਾਰੇ ਜਿਹੜੇ ਨਿਊਜ਼ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਇੱਕ ਜਿਹੜੀ ਵੀਡੀਓ ਜਾਂ ਇੱਕ ਖਬਰ ਲਾ ਲਓ ਬਹੁਤ ਜ਼ਿਆਦਾ ਧੜੱਲੇ ਦੇ ਨਾਲ ਜਿਹੜੀ ਇਹ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋ ਪੰਜਾਬ ਤੋਂ ਜਿਹੜੇ ਲੀਡ ਕਰਦੇ ਪਏ ਸੀ ਸਿੱਖ ਕਮਿਊਨਿਟੀ ਨੂੰ, ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜਾ ਆ ਉਹਨਾਂ 'ਤੇ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲਾ ਦਿੱਤਾ ਜਾਂਦਾ ਆ NSA। ਤੁਹਾਨੂੰ ਦੱਸ ਦਈਏ ਕਿ NSA ਲੱਗਣ ਤੋਂ ਬਾਅਦ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਨੂੰ ਉਲਟੀਆਂ ਆ ਰਹੀਆਂ ਨੇ ਖੂਨ ਦੀਆਂ, ਜਾਂ ਉਹ ਬਿਮਾਰ ਨੇ, ਜਾਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਭੁੱਖ ਹੜਤਾਲ ਦੇ ਉੱਤੇ ਰਹਿ ਕੇ ਜਿਹੜਾ ਆ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਸਾਥੀਆਂ ਸਮੇਤ। ਪਰ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਜਿਹੜੀ ਇੱਕ ਖਬਰ ਬਹੁਤ ਜ਼ਿਆਦਾ ਧੜੱਲੇ ਦੇ ਨਾਲ ਜਿਹੜੀ ਇਹ ਵਾਇਰਲ ਹੋ ਰਹੀ ਸੀ ਕਿ ਬਹੁਤ ਜਲਦ ਜਿਹੜਾ ਆ ਪੰਜਾਬ ਲਿਆਂਦਾ ਜਾਏਗਾ ਭਾਈ ਅੰਮ੍ਰਿਤਪਾਲ ਜੀ ਨੂੰ, NSA ਖਤਮ ਕਰਨ ਤੋਂ ਬਾਅਦ ਜਾਂ NSA ਹਟਾਉਣ ਤੋਂ ਬਾਅਦ ਦਿਬੜੂਗੜ੍ਹ ਜੇਲ੍ਹ ਤੋਂ ਜਿਹੜਾ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੰਜਾਬ ਲਿਆਂਦਾ ਜਾਏਗਾ। ਇਹ ਜਿਹੜੀ ਅਪੀਲ ਆ ਹਾਈਕੋਰਟ ਦੇ ਵਿੱਚ ਜਿਹੜੀ ਇਹ ਲੱਗੀ ਹੋਈ ਸੀ, ਜਿੱਥੇ ਕਿ ਇਹ ਸੁਣਵਾਈ ਹੋਣੀ ਸੀ ਕਿ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਤੋਂ ਜਿਹੜਾ ਪੰਜਾਬ ਲਿਆਂਦਾ ਜਾਏ, ਕਿਉਂਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਦਿਨ ਬਾ ਦਿਨ ਵਿਗੜਦੀ ਪਈ ਸੀ। ਜਿਹੜੀਆਂ ਖਬਰਾਂ ਸੂਤਰਾਂ ਤੋਂ ਮਿਲੀਆਂ ਨੇ, ਭਰੋਸੇਦਾਰ ਸੂਤਰਾਂ ਨੇ ਸਾਨੂੰ ਜਿਹੜੀ ਖਬਰ ਦਿੱਤੀ ਹੈ ਉਹਦੇ 'ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹਨਾਂ ਦੇ ਮੁਤਾਬਕ ਤੁਹਾਨੂੰ ਦੱਸ ਦਿਓ ਕਿ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਉਹ 'ਚ ਦੱਸਿਆ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਉੱਤੇ ਦੁਬਾਰਾ ਤੋਂ ਡਬਲ NSA ਲਗਾ ਦਿੱਤਾ ਗਿਆ ਆ। ਪਹਿਲਾਂ ਉਹਨਾਂ ਦੇ ਉੱਤੇ NSA ਲੱਗਿਆ ਹੋਇਆ ਸੀ, ਜਿਹਨੂੰ ਕਿ ਜਿਹੜਾ ਖਤਮ ਹੋ ਕੇ ਅਤੇ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਸਕਦਾ ਸੀ ਅਤੇ ਉਹਨਾਂ ਦੇ ਲਈ ਅਪੀਲ ਦਲੀਲ ਜਿਹੜੀ ਕੀਤੀ ਜਾ ਸਕਦੀ ਸੀ। ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਜਾਂ ਮਾਨ ਸਰਕਾਰ ਜਾਂ ਕੇਜਰੀਵਾਲ ਹੋਣਾਂ ਦੀ ਜਿਹੜੀ ਸਰਕਾਰ ਆ ਉਹ ਲਗਾ ਲਓ, ਉਹਨਾਂ ਨੇ ਦੁਬਾਰਾ ਤੋਂ ਪੰਜਾਬ ਸਰਕਾਰ ਨੇ ਸਾਡੀ ਜਿਹੜੀ ਹੈਗੀ ਹੈ ਸੂਬਾ ਸਰਕਾਰ ਪੰਜਾਬ ਦੀ, ਉਹਨਾਂ ਨੇ ਕੀ ਕੀਤਾ ਆ ਕਿ ਦੁਬਾਰਾ ਤੋਂ NSA ਲਗਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਹੈ ਇਹ ਜਾਣਕਾਰੀ ਕਿ ਉਸ ਜਾਣਕਾਰੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੀ ਪੰਜਾਬ ਗੌਰਮੈਂਟ ਆ ਉਹਨਾਂ ਨੇ ਦੁਬਾਰਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਦੁਬਾਰਾ ਤੋਂ ਜਿਹੜੀ ਹੈ NSA ਲਗਾ ਦਿੱਤੀ ਹੈ, ਅਤੇ ਹੋ ਸਕਦਾ ਆ ਕਿ ਹੁਣ ਉਹ ਵਾਪਸ ਜਿਹੜੇ ਆ ਦਿਬੜੂਗੜ੍ਹ ਜੇਲ੍ਹ 'ਚ ਹੀ ਰਹਿਣ, ਨਾ ਉਹਨਾਂ ਦੇ ਪੰਜਾਬ ਆਉਣ ਦਾ ਜਿਹੜਾ ਮਾਹੌਲ ਬਣਦਾ ਪਿਆ ਸੀ ਉਹਨੂੰ ਦੁਬਾਰਾ ਤੋਂ ਜਿਹੜਾ ਫਿੱਕਾ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਖਬਰ ਵਾਇਰਲ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ, ਮਾਨ ਸਰਕਾਰ ਨੇ ਜਾਂ ਕੇਜਰੀਵਾਲ ਸਰਕਾਰ ਹੈ ਜਿਹੜੀ, ਉਹਨਾਂ ਨੇ ਜਿਹੜਾ ਆ ਭਾਈ ਅੰਮ੍ਰਿਤਪਾਲ ਦੇ ਉੱਤੇ ਦੁਬਾਰਾ ਤੋਂ NSA ਲਗਾ ਕੇ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਹੋਇਆ, ਪੰਜਾਬ ਆਉਣ ਦਾ ਉਹਨਾਂ ਦਾ ਜਿਹੜਾ ਆ ਮੁਸ਼ਕਲ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਨਵੇਂ ਲਾਗੂ ਹੁਕਮਾਂ ਨੂੰ ਹਾਈਕੋਰਟ 'ਚ ਪੇਸ਼ ਕਰਨ ਲਈ ਜਿਹੜਾ ਸਮਾਂ ਮੰਗਿਆ ਗਿਆ ਆ, ਇਹਦੇ ਦੌਰਾਨ ਤਦ ਤੱਕ ਜਿਹੜਾ ਆ NSA ਜਾਰੀ ਰਹੇਗਾ। ਦੁਬਾਰਾ ਤੋਂ ਦੱਸ ਦਈਏ ਤੁਹਾਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਪੰਜਾਬ ਆਉਣ ਦੀ ਤਿਆਰੀ 'ਚ ਸੀ, ਜਿਨ੍ਹਾਂ ਦੀ ਅਪੀਲ ਦਲੀਲ ਜਿਹੜੀ ਆ ਹਾਈਕੋਰਟ ਦੇ ਵਿੱਚ ਕੀਤੀ ਜਾਣੀ ਸੀ, ਅਤੇ ਉਸੇ ਦੌਰਾਨ ਜਿਹੜਾ ਆ ਪੰਜਾਬ ਸਰਕਾਰ ਨੇ ਜਿਹੜਾ ਆ ਦੁਬਾਰਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ NSA ਲਗਾ ਕੇ ਉਹਨਾਂ ਨੂੰ ਜਿਹੜਾ ਆ NSA ਐਕਟ ਦੇ ਅੰਦਰ ਦਿਬੜੂਗੜ੍ਹ ਜੇਲ੍ਹ 'ਚ ਹੀ ਜਿਹੜਾ ਰੱਖਿਆ ਗਿਆ, ਪੰਜਾਬ ਆਉਣ ਦੀ ਜਿਹੜੀ ਸੰਭਾਵਨਾ ਉਹਨਾਂ ਦੀ ਖਤਮ ਕਰ ਦਿੱਤੀ ਗਈ ਹੈ। ਬਹੁਤ ਸਾਰੇ ਕਮੈਂਟ, ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਇਹ ਆਪਣਾ ਵਿਚਾਰ ਪੇਸ਼ ਕੀਤਾ ਕਿ ਕੀ ਪੰਜਾਬ ਸਰਕਾਰ, ਮਾਨ ਸਰਕਾਰ ਸਿੱਖਾਂ ਦੀ ਵਿਰੋਧੀ ਹੈ, ਸਿੱਖਾਂ ਦੇ ਲਈ ਜਿਹੜਾ ਆ ਉਹ ਵਿਰੋਧ ਜਤਾ ਰਹੀ ਹੈ,
ਕਿ ਪੰਜਾਬ ਸਰਕਾਰ ਜਿਹੜੀ ਉਹ ਇਸੇ ਤਰ੍ਹਾਂ ਹੀ ਸਿੱਖਾਂ ਦੇ ਨਾਲ ਕਰੇਗੀ, ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਅੰਮ੍ਰਿਤਪਾਲ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣਾਂ 'ਤੇ ਦੁਬਾਰਾ ਜਿਸ ਤਰ੍ਹਾਂ ਉਹਨਾਂ ਨੇ NSA ਲਾ ਦਿੱਤੀ ਹੈ, ਕੀ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਪੰਜਾਬ ਸਰਕਾਰ ਲਈ ਚੰਗਾ ਹੈ? ਇਹਦੇ ਉੱਤੇ ਤੁਹਾਡੀ ਕੀ ਰਾਏ ਆ? ਬਹੁਤ ਸਾਰੇ ਕਮੈਂਟ ਜਿਹੜੇ ਨੇ ਆਏ ਨੇ ਵੱਖ ਵੱਖ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ, ਕਮੈਂਟ ਪੜ੍ਹੇ ਜਾ ਚੁੱਕੇ ਨੇ, ਵੇਖੇ ਜਾ ਚੁੱਕੇ ਨੇ, ਸੂਤਰਾਂ ਦੀ ਜਾਣਕਾਰੀ ਦੇ ਮੁਤਾਬਕ ਵੀ ਜਿਹੜਾ ਆ ਇਹ ਸਾਰਾ ਕੁਝ ਦੇਖਣ ਨੂੰ ਨਜ਼ਰ ਆ ਰਿਹਾ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ 'ਤੇ NSA ਦੁਬਾਰਾ ਤੋਂ ਲੱਗ ਚੁੱਕੀ ਹੈ। ਤੁਹਾਡਾ ਕੀ ਵਿਚਾਰ ਆ? ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਡਬਲ NSA, ਮਾਨ ਸਰਕਾਰ ਨੇ, ਪੰਜਾਬ ਸਰਕਾਰ, ਸੂਬਾ ਸਰਕਾਰ ਕਹਿ ਲਈਏ, ਤਾਂ ਦੁਬਾਰਾ NSA ਜਿਹੜੀ ਲਗਾ ਦਿੱਤੀ, ਉਹਦੇ 'ਤੇ ਤੁਹਾਡਾ ਕੀ ਵਿਚਾਰ ਆ? ਆਪਣਾ ਕਮੈਂਟ ਨਾ ਲਿਖਣਾ ਭੁੱਲਿਓ। ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ, ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸ਼ਬਦਾਵਲੀ ਸਾਫ਼ ਅਤੇ ਸੁਥਰੀ ਰੱਖਿਓ, ਕਿਸੇ ਤਰ੍ਹਾਂ ਦੀ ਕੋਈ ਗੰਦੀ ਜਿਹੜੀ ਕਮੈਂਟਬਾਜ਼ੀ ਨਾ ਕੀਤੀ ਜਾਵੇ, ਪਰ ਆਪਣਾ ਵਿਚਾਰ ਜ਼ਰੂਰ ਦਿਓ ਕਿ ਕੀ ਇਹ ਠੀਕ ਹੈ ਜਾਂ ਇਹ ਝੂਠ ਹੈ ਜਾਂ ਇਹ ਸੱਚ ਹੈ, ਕੀ ਹੈ, ਕੀ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਉਹਦਾ ਅਸਲ ਸੱਚ ਕੀ ਹੈ। ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਇਹਦਾ ਅਸਲ ਸੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਰੂਬਰੂ ਕਰੀਏ। ਤੁਸੀਂ ਦੇਖਦੇ ਪਿਓ ਮੇਰਾ DPC ਪੰਜਾਬੀ, ਮੈਂ ਤੁਹਾਡਾ ਆਪਣਾ ਧਰਮਜੀਤ, ਧੰਨਵਾਦ, ਮਿਲਦੇ ਕਿਸੇ ਅਗਲੇ ਵੀਡੀਓ 'ਚ। ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਨਾਲ। ਧੰਨਵਾਦ।